ਮੋਰਿੰਡਾ ਦੇ ਸਮਰਾਲਾ ਬਾਈਪਾਸ ਤੇ ਇੱਕ ਸਵਿਫਟ ਮਾਰੂਤੀ ਕਾਰ ਦੀ ਪੇੜ ਦੇ ਨਾਲ ਟਕਰਾਣ ਨਾਲ ਕਾਰ 'ਚ ਸਵਾਰ ਚਾਰ ਵਿਅਕਤੀਆਂ 'ਚੋਂ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਗੁਰਪਾਲ ਸਿੰਘ ਇੱਕ ਨੌਕਰ ਅਤੇ ਇੱਕ ਰਿਸ਼ਤੇਦਾਰ ਅਤੇ ਇੱਕ ਉਹਦਾ ਚਾਚੇ ਦਾ ਮੁੰਡਾ ਯਾਨੀ ਕਿ ਮੇਰਾ ਲੜਕਾ, ਇਹ ਆਪਣੇ ਇੱਥੇ ਰਿਸ਼ਤੇਦਾਰੀ 'ਚ ਗਏ ਸੀ। ਦੂਸਰੀ ਮੁੰਡਾ ਨੇ ਬਾਹਰ ਨੂੰ ਜਾਣਾ ਸੀ ਅਤੇ ਮੁੜਦੇ ਹੋਏ ਦਾ ਇਹ ਕੰਮ ਹੋ ਗਿਆ ਜਿਹਦੇ ਵਿੱਚ ਅਮਰਪਾਲ ਅਤੇ ਜਿਹੜਾ ਸਾਡਾ ਕੰਮ ਹੈ ਤੁਹਾਨੂੰ ਉਹਦੀ ਮੌਤ ਹੋ ਗਈ ਅਤੇ ਦੂਜਿਆਂ ਨੇ ਕਦੀ ਲੱਤ ਫ੍ਰੈਕਚਰ ਹੋ ਗਈ ਅਤੇ ਦੂਜੇ ਦੇ ਕਾਫੀ ਗੁੰਝੀਆਂ ਸੱਟਾਂ ਪਈਆਂ। ਇਹ ਕਿੱਥੋਂ ਆਏ ਸੀ, ਕਿੱਥੇ ਜਾ ਰਹੇ ਸੀ? ਇਹ ਦੁਗਰੀ ਨਾ ਉਹਦੇ ਸਾਲੇ ਨੇ ਬਾਹਰ ਜਾਣਾ ਸੀ ਅਤੇ ਉੱਥੋਂ ਆ ਕੇ ਪਨੈਚਾ ਮੁੰਡੇ ਨੂੰ ਛੱਡਣ ਗਏ ਸੀ। ਉਹ ਬਾਈਪਾਸ ਦੇ ਨਾ ਤਾਜ ਰਿਸਾਰਟ ਦੇ ਕੋਲ ਇਹ ਘਟਨਾ ਵਾਪਰੀ। ਇਹ 10:30 ਵਜੇ ਤਕਰੀਬ ਹੋਇਆ ਜੀ। ਇਹਦਾ ਕਿਆ ਕਿਸ ਤਰ੍ਹਾਂ ਸਟੇਟ ਹੈ? ਇਹ ਟੋਟਲ 4 ਬੰਦੇ ਦੇ ਜੀ ਵਿੱਚ, ਹਾਂ 2 ਮੌਕੇ 'ਤੇ ਹੋ ਗਏ, ਇਹਨਾਂ ਨੇ ਡੈਥ ਹੋ ਗਏ, 2 ਨੂੰ ਰੈਫਰ ਕਰਤਾ ਜੀ। 2 ਰੈਫਰ? ਹਾਂਜੀ 2 ਰੈਫਰ ਕਰਤੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।